वाहेगुरु जी का खालसा वाहेगुरु जी की फतेह। देखो अज इत्थे पहुंचे सी ते जलंधर दे विच गुरु नानक पातशाह दा प्रकाश पुरब नूं संबंधित नगर कीर्तन निकल रहा है। तो नगर कीर्तन दे विच संगतां ने सानू सद्दा दित्ता सी ते असी उस नगर कीर्तन च पहुंचना सी, पर प्रशासन ने इत्थे पूरी अपनी फोर्स डिप्लॉय करके ते जिहड़ा सानू इत्थे रोकिया होया। सो असी संगतां नूं यह दसना चाहुंदे आं वी सिखां ते गुलामी दी इह इंतहा है कि असी अपने गुरु के नगर कीर्तन च शामिल नहीं हो सकते। तो साडी इह गुलामी की अवस्था है, इहो गल सिख संगतां नूं दसनी है। तो महाराज सच्चे पातशाह कृपा करन कोई गल नहीं। भाई साहब की रीज़न दस्या नज़र बंद करन दा या तुहानूं रोकण दा की रीज़न दस्या? यह कहिंदे वी जलंधर च हालात खराब हो सकते आ, पर उत्थे संगतां चढ़दी कला च ने, उह कहिंदे इत्थे कोई इहो जिही मुश्किल नहीं, ना कोई बंद होया जलंधर च, ना किसी जथेबंदी ने कोई विरोधी कॉल दित्ती है। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਛ ਨਹੀਂ। ਅਮਰ ਜੀ ਇੱਕ ਗੱਡੀ 'ਤੇ ਤੁਹਾਡਾ ਸਟਿੱਕਰ ਲਗਾ ਹੋਇਆ ਸੀਗਾ, ਉਹਦੇ ਬਾਰੇ ਦੱਸੋ ਜਿਹੜੀ ਗੱਡੀ ਦੇ ਵਿੱਚ। ਦੇਖੋ ਸਾਡੇ ਸਟਿੱਕਰ ਹਜ਼ਾਰਾਂ ਹੀ ਗੱਡੀਆਂ 'ਤੇ ਲੱਗੇ ਆ। ਉਸ ਗੱਡੀ ਦੇ ਉਸ ਸਟਿੱਕਰ ਦੇ ਥੱਲੇ ਇੱਕ ਪੁਲਿਸ ਦਾ ਸਟਿੱਕਰ ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ 'ਤੇ ਇਲਜ਼ਾਮ ਲਾਵਾਂਗੇ, ਇਸ ਕਰਕੇ ਜੇ ਕੋਈ ਸਟਿੱਕਰ ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ, ਸਟਿੱਕਰ ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਿਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਕਿੰਨੀ ਦੇਰ ਰੁਕੋਗੇ ਤੁਸੀਂ? ਹਾਂਜੀ ਕਿੰਨੀ ਦੇਰ ਰੁਕੋਗੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਹਾਂ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਦੇਰ ਤੋਂ ਤੁਹਾਨੂੰ ਇੱਥੇ ਪੁੱਛਣੇ ਰੁਕਿਆ ਹੋਇਆ? ਨਹੀਂ ਪਹਿਲਾਂ ਤਾਂ ਇਹ ਆ ਕੇ ਬੈਠੇ ਸਨ ਅਤੇ ਅਸੀਂ ਇਹਨਾਂ ਨੇ ਕੁਛ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਛ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ 'ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤਾਂ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਕੁ ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਅਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ, ਨਸਲ ਕੁਛ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ, ਲੋਕ ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ? ਨਹੀਂ ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤਾਂ ਜਾਣ ਨਹੀਂ ਦਿੱਤਾ ਗਿਆ, ਅਤੇ ਸਾਡੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਕੁ ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਅਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ, ਨਸਲ ਕੁਛ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ, ਲੋਕ ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ? ਨਹੀਂ ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤਾਂ ਜਾਣ ਨਹੀਂ ਦਿੱਤਾ ਗਿਆ, ਅਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ਼ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ 'ਤੇ ਆ ਗਈਆਂ ਹੈ, ਅਸੀਂ ਮੋੜਵਿਆਂ ਕੋਲ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ, ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ਼ ਬੋਲੇ ਹਾਂ, ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਲਿਆਂਦਾ, ਹੁਣ ਉਹਨਾਂ ਤੋਂ ਕੁਛ ਨਹੀਂ ਬਣਿਆ, ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਲਾ ਰਿਹਾ, ਕੀ ਕਹਿਣਾ ਚਾਹੁੰਗੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਹਾਂ ਵੀ ਆਪਾਂ ਸਾਰੇ ਗੁਰੂ ਦੇ ਲੜ ਲੱਗ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ਼ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ 'ਤੇ ਬਣ ਗਈਆਂ ਨੇ, ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ, ਕੌਮ ਹੈ ਇੱਦਾਂ ਗੁਲਾਮੀ 'ਚ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ 'ਚ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ 'ਤੇ ਸਾਰੀ ਪ੍ਰਤੱਖ ਕਰਦੇ ਹਾਂ।